ਜਿਹੜੀ ਮੰਗਲਵਾਰ ਤੋਂ ਲਾਪਤਾ ਇੱਥੋਂ ਆਪਣੇ ਦਫ਼ਤਰ 'ਚ ਕੰਮ ਕਰਨ ਵਾਸਤੇ ਪੋਸਟਲ ਡਿਪਾਰਟਮੈਂਟ ਦੇ ਅੰਦਰ ਡਾਕਖਾਨੇ ਦੇ ਅੰਦਰ ਇਹਨਾਂ ਦੀ ਡਿਊਟੀ ਹੈ, ਉਹ ਮੰਗਲਵਾਰ ਨੂੰ ਵਾਪਸ ਜਦੋਂ ਘਰ ਨਹੀਂ ਪਰਤ ਕੇ ਆਈ ਅਤੇ ਬੁੱਧਵਾਰ ਨੂੰ ਉਹਦਾ ਪਤਾ ਲੱਗਿਆ, ਜਿਸ ਹਾਲਾਤ 'ਚ ਉਹਦੇ ਪਰਿਵਾਰ ਦੇ ਲੋਕ ਉਹਨੂੰ ਬਾਹਰੋਂ ਇੱਥੇ ਲੈ ਕੇ ਆਏ ਆ ਹੋਸਪਿਟਲ ਦੇ ਅੰਦਰ, ਬਹੁਤ ਹੀ ਉਹ ਬੱਚੀ ਸ਼ੌਕ ਦੇ ਅੰਦਰ ਸੀਗੀ, ਇੱਕ ਬਹੁਤ ਵੱਡਾ ਮੈਂਟਲ ਟਰਾਮਾ ਜਿਹਨੂੰ ਕਹਿ ਸਕਦੇ ਹੋ ਸ਼ੌਕ ਦੇ ਅੰਦਰ ਸੀ, ਅਤੇ ਉਸ ਬੱਚੀ ਨੂੰ ਇੱਥੇ ਐਡਮਿਟ ਕਰਾਇਆ ਗਿਆ। ਉਹਨਾਂ ਦੇ ਮਾਪਿਆਂ ਦੇ ਕਹਿਣ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ, ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਅੰਦਰ ਬੱਚੀ ਨੂੰ ਅਗਵਾ ਕਰਕੇ ਜਾਂ ਬਹਿਲਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਲਿਜਾਇਆ ਗਿਆ, ਉਹਨੂੰ ਦੇਖਦੇ ਹੋਏ ਉਹਨਾਂ ਨੇ ਉਹਨਾਂ ਦਾ ਖਦਸਾ ਜਿਹੜਾ ਹੈ ਸੈਕਸੁਅਲ ਅਸਾਲਟ ਦਾ ਵੀ ਉਸ ਬੱਚੀ ਦੇ ਉੱਤੇ ਸਰੀਰਕ ਦੁਸ਼ਕਰਮ ਦਾ ਉਹਨਾਂ ਨੂੰ ਸ਼ੱਕ ਸੀ, ਜਿਹਦੇ ਦੇਖਦੇ ਜਿਸ ਹਾਲਾਤਾਂ ਦੇ ਵਿੱਚ ਬੱਚੀ ਨੂੰ ਐਡਮਿਟ ਕਰਵਾਇਆ ਗਿਆ, ਉਹਨੂੰ ਲੈ ਕੇ ਸਾਰੇ ਸਮਾਜ ਦੇ ਅੰਦਰ ਇਕੱਲੇ ਜਲੰਧਰ ਜਾਂ ਉਹਨਾਂ ਦੇ ਇੱਕ ਵਰਗ ਦੇ ਅੰਦਰ ਨਹੀਂ, ਪੂਰੇ ਸਮਾਜ ਦੇ ਅੰਦਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੈਂ ਅੱਜ ਜਦੋਂ ਡਾਕਟਰ ਸਾਹਿਬਾਨ ਨਾਲ ਅਤੇ ਉਸ ਬੱਚੀ ਦੀ ਮਾਤਾ ਨਾਲ ਮੁਲਾਕਾਤ ਕਰਕੇ ਮੈਂ ਇੰਨਾ ਕਹਿ ਸਕਦਾ ਵੀ ਅੱਜ ਬੱਚੀ ਦੀ ਹਾਲਾਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੈ, ਡਾਕਟਰ ਸੈਟਿਸਫਾਈਡ ਹੈ ਉਹਦੀ ਰਿਕਵਰੀ ਨੂੰ ਲੈ ਕੇ, ਪਰ ਜਿਹੜੇ ਟੈਸਟ ਵਗੈਰਾ ਹੋਣੇ ਹੈ, ਜੋ ਮੈਡੀਕਲ ਰਿਪੋਰਟ ਸਵਾਬਸ ਵਗੈਰਾ ਲਿੱਤੇ ਗਏ ਹੈ, ਉਹਨਾਂ ਦੀ ਰਿਪੋਰਟ ਆਉਣ ਦੇ ਵਿੱਚ ਸਮਾਂ ਲੱਗੂਗਾ। ਜਿੱਥੇ ਤਾਈਂ ਸਰੀਰ ਦੇ ਉੱਤੇ ਉਹਨਾਂ ਦੇ ਚੋਟ ਦਾ ਸਵਾਲ ਹੈ, ਕੁਛ ਚੋਟ ਜਿਹੜੀਆਂ ਹੈਗੀਆਂ ਡਾਕਟਰਸ ਨੇ ਓਬਜ਼ਰਵ ਕੀਤੀਆਂ ਉਹ MLR ਦੇ ਵਿੱਚ ਉਹ ਲਿਖ ਰਹੇ ਹੈ, ਪਰੰਤੂ ਪੂਰੀ ਪੁਜੀਸ਼ਨ ਜਿਹੜੀ ਹੈ ਹਾਲਾਤ ਜਿਹੜੇ ਹੈ ਉਦੋਂ ਹੀ ਕਲੀਅਰ ਹੋਣਗੇ ਜਦੋਂ ਬੱਚੀ ਆਪਣੇ ਬਿਆਨ ਦੇਣ ਦੇ ਕਾਬਲ ਹੋਊਗੀ। ਅੱਜ ਤਾਈਂ ਡਾਕਟਰਸ ਦਾ ਮੰਨਣਾ ਹੈ ਵੀ ਉਹ ਇੱਕ ਮੈਂਟਲ ਸ਼ੌਕ ਦੇ ਅੰਦਰ ਹੈ ਅਤੇ ਅੱਜ ਇਸ ਟਾਈਮ ਉਸ ਪੋਜੀਸ਼ਨ 'ਚ ਨਹੀਂ ਹੈ ਕਿ ਉਹ ਆਪਣੇ ਬਿਆਨ ਦੇ ਸਕਣ। ਮੇਰੀ ਇੱਥੇ ਆਉਣ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਅਤੇ ਜ਼ਰੂਰਤ ਪਈ ਤਾਂ ਮੈਂ ਉਹਨਾਂ ਦੇ ਮਾਪਿਆਂ ਨੂੰ ਆਹ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੀ ਨੂੰ ਉਹਦਾ ਇਨਸਾਫ ਮਿਲੇ, ਜਿਨ੍ਹਾਂ ਲੋਕਾਂ 'ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹਰੇਕ ਗੱਲ। ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ, ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ, ਪਰ ਜਿਹੜੇ ਸ਼ੱਕ ਹੋ ਰਹੇ ਹੈ ਉਹਨਾਂ ਸ਼ੱਕਾਂ ਦਾ ਦੁੱਧ ਅਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ। ਆਹ ਤਾਈਦ ਜਿਹੜੀ ਹੈ ਪੁਲਿਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ ਇੱਕ ਦੋ ਦਿਨ ਜਾਂ ਚਾਰ ਦਿਨ ਜਿਹੜੇ ਲੱਗਦੇ ਆ ਪੂਰੀ ਸਾਇੰਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ। ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਹੈ, ਆਹ ਪੰਜਾਬ ਹੈ ਅਤੇ ਦੇਸ਼ ਦੇ ਅੰਦਰ ਵੀ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਅਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਾਹਿਬਾਨ ਇੱਥੇ ਖੜ੍ਹੇ ਹੈ, ਪੂਰੀ ਪਾਰਟੀ ਵੀ, ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜ੍ਹਾ ਝਿਜਕ ਕੇ ਲੈ ਰਿਹਾ ਵੀ ਮੈਂ ਨਹੀਂ ਚਾਹੁੰਦਾ ਵੀ ਇਸ ਗੱਲ ਨੂੰ ਕੋਈ
ਰਾਜਨੀਤਿਕ ਰੰਗਤ ਦਿੱਤੀ ਜਾਵੇ, ਪਰੰਤੂ ਅਗਰ ਜ਼ਰੂਰਤ ਪਈ, ਕਿਉਂਕਿ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇੱਥੇ ਕੁਛ ਵੀ ਸੰਭਵ ਹੈ। ਮੇਰੀ ਅਪੀਲ, ਜਿੱਥੇ ਮੈਂ ਪੁਲਿਸ ਕਮਿਸ਼ਨਰ ਨਾਲ ਤਾਂ ਮੈਂ ਗੱਲ ਕੀਤੀ ਹੈ, ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ, ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੇਵਨ ਜਿਹਨੂੰ ਕਹਿ ਸਕਦੇ ਹਾਂ ਗੈਂਗਸਟਰਸ ਵਾਸਤੇ ਹੈਗਾ, ਮਾਫੀਆ ਵਾਸਤੇ ਇੱਕ ਸੈਂਚਰੀ ਹੈਗੀ, ਪਰ ਇਸ ਕਿਸਮ ਦੇ ਜਿਸ ਕਿਸਮ ਦੇ ਅੰਦੇਸ਼ੇ ਹੈ, ਆਹ ਜਿਹੜੇ ਭੇੜੀਏ ਹੈ, ਇਹ ਗੁਨਾਹ ਨਹੀਂ ਹੈ ਸਾਹਿਬ, ਆਹ ਭੇੜੀਏ ਹੈ, ਉਹਨਾਂ ਭੇੜੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗ੍ਹਾ ਨਹੀਂ ਦੇਣੀ, ਬਾਕੀ ਤੁਹਾਡੇ 100 ਗੁਨਾਹ ਮਾਫ ਸ਼ਾਇਦ ਲੋਕ ਕਰ ਦੇਣ, ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ। ਇੱਕ ਭੇੜੀਆ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ, ਅਤੇ ਇੱਥੇ ਤਾਂ ਜਿਸ ਕਿਸਮ ਦੇ ਖਦਸੇ ਹੋ ਰਹੇ, ਪਤਾ ਨਹੀਂ ਕਿੰਨੇ ਕੁ ਭੇੜੀ ਹੈ। ਇਹਨਾਂ ਭੇੜੀਆਂ ਨੂੰ ਅਗਰ ਸੰਰਕਸ਼ਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ, ਤਾਂ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਅਤੇ ਇਸ ਐਡਮਿਨਿਸਟ੍ਰੇਸ਼ਨ ਦੀ ਇੱਟ ਦੇ ਨਾਲ ਢਿੱਡ ਵਜਾਉਣ 'ਚ ਕਿਸੇ ਨੇ ਕਸਰ ਨਹੀਂ ਰੱਖਣੀ। ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ, ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ। ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ, ਜਾਂ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ, ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ, ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ, ਇਸ ਗਰੀਬ ਪਰਿਵਾਰ ਦੀ ਸੁੱਧ ਲੈਣ ਅਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਅਤੇ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ। ਇਸ ਕਰਕੇ ਅੱਜ ਆਏ ਹਾਂ, ਅਤੇ ਮੈਨੂੰ ਇਸ ਗੱਲ ਦਾ ਘੱਟੋ ਘੱਟ ਹੈ, ਅੱਜ ਬੱਚੀ ਦੀ ਜਿਹੜੀ ਹੈ ਪੋਜੀਸ਼ਨ ਹੈ ਬੜੀ ਸਟੇਬਲ ਹੈ, ਅਤੇ ਇਸ ਕਰਕੇ ਮੈਨੂੰ ਇਸ ਗੱਲ ਦਾ ਵੀ ਵਾਹਿਗੁਰੂ ਦੀ ਮਿਹਰ ਹੋਵੇ, ਉਹ ਛੇਤੀ ਆਪਣੇ ਬਿਆਨ ਦਰਜ ਕਰਾ ਸਕਣ, ਅਤੇ ਉਹਨਾਂ ਦੇ ਬਣਦੇ ਬਿਆਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਉਹਦੇ 'ਤੇ ਪੂਰੇ ਸਾਡੇ ਸਾਰੇ ਸਾਥੀ ਇੱਥੇ ਨਿਗਾਹ ਰੱਖਾਂਗੇ, ਅਤੇ ਬੱਚੀ ਨੂੰ ਅਤੇ ਪਰਿਵਾਰ ਨੂੰ ਨਿਆਂ ਮਿਲ ਸਕੇ। ਇਕੱਲਾ ਜਲੰਧਰ ਨਹੀਂ ਸਾਹਿਬ, ਸਾਰਾ ਪੰਜਾਬ ਮੈਂ ਜਿਸ ਤਰ੍ਹਾਂ ਕਿਹਾ ਵੀ ਇੱਕ ਗੈਂਗਸਟਰ ਅਤੇ ਕ੍ਰਿਮੀਨਲ ਵਾਸਤੇ ਸੇਫ ਹੈਵਨ ਜਿਹਨੂੰ ਕਹਿ ਸਕਦੇ ਹਾਂ, ਸੁਰੱਖਿਅਤ ਬਣਿਆ ਵੀ, ਅਗਰ ਕਿਤੇ ਗੈਂਗਸਟਰ ਸੁਰੱਖਿਅਤ ਹੈ ਤਾਂ ਪੰਜਾਬ ਦੇ ਅੰਦਰ ਲੋਕ ਸੁਰੱਖਿਅਤ ਹੈ, ਕੋਈ ਜੇਲ੍ਹਾਂ 'ਚ ਬੈਠੇ ਸੁਰੱਖਿਅਤ ਹੈ, ਕੋਈ ਬਾਹਰ ਫਿਰੌਤੀਆਂ ਮੰਗ ਰਹੇ ਹੈ, ਪਰ ਆ ਉਹਦੇ ਉੱਤੇ ਵੀ ਇੱਕ ਕਲੰਕ ਹੋਊਗਾ ਅਗਰ ਇਸ ਕਿਸਮ ਦਾ ਬੱਚੀ ਦੀ ਅਗਵਾ ਕਰਕੇ ਅਤੇ ਉਹਦਾ ਸਰੀਰਕ ਸ਼ੋਸ਼ਣ ਕੀਤਾ ਗਿਆ, ਜਿਸ ਕਿਸਮ ਦੇ ਖਦਸੇ ਆ ਰਹੇ ਹੈ, ਅਤੇ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਦੇ ਨਹੀਂ, ਮੈਂ ਸਮਝਦਾ ਪੰਜਾਬ ਦੇ ਮੱਥੇ 'ਤੇ ਕਲੰਕ ਨਾ ਲੱਗੇ। ਇਹਦੇ ਕਰਕੇ ਮੇਰੀ ਬੇਨਤੀ ਹੈ ਵੀ ਹਰ ਸੰਭਵ ਪ੍ਰਯਾਸ ਕਰਕੇ ਅਜੇ ਭੇੜੀਆਂ 'ਤੇ ਨਕੇਲ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਸਜ਼ਾ। ਸਾਹਿਬ ਦੇਖੋ, ਇੱਕ ਸੋਰੀ ਆਈ ਵੁਡ ਨਾਟ ਲਾਈਕ ਟੂ ਪ੍ਰੀ ਜੱਜ ਸਮਥਿੰਗ ਟਿਲ ਮੈਡੀਕਲ ਰਿਪੋਰਟ ਔਰ ਦਾ ਐਗਜ਼ਾਮੀਨੇਸ਼ਨ ਰਿਪੋਰਟ, ਦਾ ਸਵਾਬਸ ਹੈਵ ਬੀਨ ਸੈਂਟ ਟੂ ਫੋਰੈਂਸਿਕ ਲੈਬ, ਲੈਟ ਦੋਜ਼ ਥਿੰਗਸ ਬੀ ਐਸਟੈਬਲਿਸ਼, ਐਂਡ ਪ੍ਰਾਇਮਰੀਲੀ ਆਈ ਥਿੰਕ ਇਨ ਹਰ ਓਨ ਸਟੇਟਮੈਂਟ, ਵਿਕਟਮਸ ਓਨ ਸਟੇਟਮੈਂਟ ਇਜ਼ ਅ ਮਸਟ, ਵਨਸ ਸ਼ੀ ਇਜ਼ ਇਨ ਅ ਪੋਜੀਸ਼ਨ ਟੂ ਸੇ ਵਟ ਹੈਜ਼ ਹੈਪਨਡ ਔਰ ਟਰਾਂਸਪਾਇਰਡ ਐਂਡ ਹੂ ਵਰ ਦਾ ਕਲਪ੍ਰਿਟਸ, ਆਈ ਥਿੰਕ ਦੈਨ ਦਾ ਪੋਜੀਸ਼ਨ ਵਿਲ ਬੀ ਕਲੀਅਰ, ਬਟ ਰਾਈਟ ਨਾਓ ਆਲ ਆਈ ਕੈਨ ਸੇ ਆਈ ਬੀਨ ਬਰੀਫਡ ਬਾਏ ਦਾ ਡਾਕਟਰਸ ਦੈਟ ਦਾ ਵਿਕਟਮ ਇਜ਼ ਸਟੇਬਲ, ਐਂਡ ਆਈ ਥੈਂਕ ਗੋਡ ਫਾਰ ਦੈਟ, ਦੈਟ ਆਈ ਹੋਪ ਸ਼ੀ ਰਿਕਵਰ ਸੂਨ, ਐਂਡ ਵੀ ਆਰ ਏਬਲ ਟੂ ਬਰਿੰਗ ਇਫ ਦੇਰ ਆਰ ਐਨੀ ਕਲਪ੍ਰਿਟਸ ਟੂ ਬੁੱਕ। ਉਹਦੇ ਵਾਸਤੇ ਮੈਂ ਕਹਿ ਰਿਹਾ ਸੀ ਵੀ ਜਿਹੜੇ ਵੀ ਇਸ ਕਿਸਮ ਦੇ, ਚਾਹੇ ਬੰਗਾਲ ਦੇ ਅੰਦਰ ਉਹਨਾਂ ਨੇ ਕਾਨੂੰਨ ਪਾਸ ਕੀਤਾ ਕਿ ਜਿਹੜਾ ਵੀ ਕਿਸ ਕਿਸਮ ਦਾ ਰੇਪ ਬਲਾਤਕਾਰ ਅਤੇ ਨਾਲ ਜਿਹਨਾਂ ਨੇ ਅਗਰ ਕੋਈ ਉਹਦਾ ਬੱਚੀ ਦਾ ਮਰਡਰ ਕਰਤਾ, ਉਸ ਮਰਡਰ ਨਾਲ ਹੋਵੇ ਤਾਂ ਉਹਨੂੰ ਫਾਂਸੀ ਹੋਣੀ ਚਾਹੀਦੀ ਹੈ।
ਮੈਂ ਸਮਝਦਾ ਹਾਂ ਵੀ ਰੇਪ ਇਟਸੈਲਫ ਇਜ਼ ਗੁੱਡ ਇਨਫ ਅ ਕ੍ਰਾਈਮ, ਗੁੱਡ ਇਨਫ ਇਨ ਦਾ ਸਭ ਬੈਡ ਇਨਫ ਅ ਕ੍ਰਾਈਮ, ਵੀ ਸਜ਼ਾ ਉਹਦੀ ਵੀ ਮਿਲਣੀ ਚਾਹੀਦੀ ਹੈ ਉਹਨਾਂ ਨੂੰ। ਅਤੇ ਆਹ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਤਾਂ ਮਸਟ ਹੋਵੇ ਜੇਕਰ ਕਿਸੇ ਨੇ ਕਾਨੂੰਨ ਹੀ ਬਣਾਉਣੇ ਆ, ਬਿਕੋਜ਼ ਇਟ ਹੈਜ਼ ਟੂ ਐਕਟ ਐਜ਼ ਅ ਡੈਟਰੈਂਟ, ਵੀ ਮੁੜ ਕੇ ਕੋਈ ਇਸ ਕਿਸਮ ਦਾ ਦੁਸਾਹਸ ਨਾ ਕਰੇ। ਅਤੇ ਅਗਰ ਲਾਈਫ ਇੰਪ੍ਰਿਜ਼ਨਮੈਂਟ ਵੀ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਕਈ ਲੋਕਾਂ ਨੇ, ਚਾਹੇ ਉਹ ਮਰਡਰ ਦੇ ਕੇਸ ਦੇ ਹੈ, ਚਾਹੇ ਇਸ ਕਿਸਮ ਦੇ ਹੀਨੀਅਸ ਕ੍ਰਾਈਮ ਦੇ ਜਿਹੜੇ ਕਲਪਰੇਟਸ ਹੈ, ਜਿਹੜੇ ਜੇਲ੍ਹ 'ਚ ਹੈ, ਸਜ਼ਾਵਾਂ ਹੋ ਗਈਆਂ, ਉਹਨਾਂ ਨੇ ਲੀਗਲ ਪ੍ਰੋਵੀਜ਼ਨਸ, ਪੈਰੋਲ ਦੀਆਂ ਜਿਹੜੀ ਲੀਗਲ ਪ੍ਰੋਵੀਜ਼ਨਸ ਹੈ ਉਹਨੂੰ ਐਕਸਪਲੋਇਟ ਕਰਕੇ, ਲੀਗਲ ਜਿਹੜੀ ਰੈਮਡੀਜ਼ ਹੈ ਉਹਨਾਂ ਨੂੰ ਐਕਸਪਲੋਇਟ ਕਰਕੇ ਪੈਰੋਲ ਦੀ ਜਿਹੜੀ ਫੈਸਿਲਿਟੀ ਉਹਦਾ ਮਜ਼ਾਕ ਬਣਾ ਰੱਖਿਆ। ਜਿਹੜੇ ਹੀਨੀਅਸ ਕ੍ਰਾਈਮ ਮਰਡਰ ਔਰ ਰੇਪ ਦੇ ਵਿੱਚ ਇਨਵੋਲਵ ਹੈ ਸਭ, ਉਹਨਾਂ ਵਾਸਤੇ ਆ ਜਿਹੜੇ ਪੈਰੋਲ ਵਾਲੇ ਕਾਨੂੰਨ ਹੈ ਉਹ ਵੀ ਉਹਨਾਂ ਤੋਂ ਵੀ ਰਿਵਿਊ ਕਰਨ ਦੀ ਲੋੜ ਹੈ। ਅਤੇ ਮੈਂ ਸਮਝਦਾ ਵੀ ਜਿੱਥੇ ਹੁਣ ਨਵੀਂ ਨਿਆਂ ਸੰਹਿਤਾ ਬਣਾਈ ਗਈ ਸੀ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਇਹਨਾਂ ਗੱਲਾਂ 'ਤੇ ਧਿਆਨ ਕਰਕੇ ਕੋਈ ਵੀ ਉਸ ਪੈਰੋਲ ਦਾ ਨਜਾਇਜ਼ ਫਾਇਦਾ ਉਠਾ ਕੇ ਇੱਥੇ ਲੋਕਾਂ ਨੂੰ ਗੁੰਮਰਾਹ ਕਰਕੇ ਅਤੇ ਆਪ ਦੀਆਂ ਦੁਕਾਨਾਂ ਚਲਾਉਣ ਤੋਂ ਉਹਨਾਂ ਨੂੰ ਗੁਰੇਜ਼ ਕੀਤਾ ਜਾਵੇ ਸਰ।